ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਹਿੰਦੁਸਤਾਨ ਦੀ ਸਰਕਾਰ ਨੇ ਕਿਸਾਨਾਂ ਦੇ ਵਿਰੁੱਧ ਕਾਲੇ ਕਾਨੂੰਨ ਲਿਆਂਦੇ ਹਨ, ਉਸ ਦਿਨ ਤੋਂ ਲੈ ਕੇ ਲਗਭਗ 2.5 ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ, ਸਿੱਖ ਸੰਗਤਾਂ ਵੱਲੋਂ, ਪੰਜਾਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਮੋਰਚੇ ਲੱਗੇ ਹੋਏ ਸਨ ਅਤੇ ਹੁਣ ਪਿਛਲੀ 26 ਤਰੀਕ ਤੋਂ ਲੈ ਕੇ ਦਿੱਲੀ ਨੂੰ ਘੇਰਨ ਦਾ ਜੋ ਪ੍ਰੋਗਰਾਮ ਬਣਾਇਆ ਹੋਇਆ ਸੀ, ਅਸੀਂ ਇਸ ਵੇਲੇ ਕੁੰਡਲੀ ਬਾਰਡਰ 'ਤੇ ਖੜ੍ਹੇ ਹਾਂ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਟਰਾਲੀਆਂ, ਟਰੈਕਟਰ, ਟਰੱਕ, ਕੈਂਟਰ ਅਤੇ ਸੰਗਤਾਂ ਆਪੋ ਆਪਣੇ ਲੰਗਰ ਲਿਆ ਕੇ ਸਾਰੇ ਦਿੱਲੀ ਨੂੰ ਘੇਰ ਕੇ ਬੈਠੇ ਨੇ। ਸੋ ਉੱਥੇ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਮੈਡੀਕਲ ਕੈਂਪ ਇੱਥੇ ਲਾਇਆ ਜਾ ਰਿਹਾ ਅਤੇ ਨਾਲ ਹੀ ਦਾਸ ਕੈਨੇਡਾ ਦੀਆਂ ਸੰਗਤਾਂ ਦੇ ਨੇ ਵੀ ਇਹਦੇ ਵਿੱਚ ਬਹੁਤ ਮਦਦ ਕੀਤੀ ਹੈ। ਜਦੋਂ ਤੱਕ ਇਹ ਸੰਘਰਸ਼ ਚੱਲੇਗਾ, ਇਹ ਮੈਡੀਕਲ ਕੈਂਪ ਦੀ ਫ੍ਰੀ ਸੇਵਾ ਨਾਲ ਚੱਲਦੀ ਰਹੇਗੀ। ਜੋ ਕਿ ਸਾਡੇ ਨਾਲ ਡਾਕਟਰ ਜਸਵੀਰ ਸਿੰਘ ਲਲਤੋਂ ਜੋ ਮੇਰੇ ਸੱਜੇ ਪਾਸੇ ਖੜ੍ਹੇ ਹਨ, ਇਸੇ ਤਰ੍ਹਾਂ ਹੀ ਡਾਕਟਰ ਸੁਖਵੀਰ ਸਿੰਘ, ਇਹ ਦੋ ਡਾਕਟਰ ਦਿਨ ਵੇਲੇ ਡਿਊਟੀ ਕਰਨਗੇ। ਇਸੇ ਤਰ੍ਹਾਂ ਡਾਕਟਰਾਂ ਦੀ ਟੀਮ ਸਾਡੇ ਨਾਲ ਆਈ ਹੋਈ ਹੈ ਅਤੇ ਜਿਸ ਤਰ੍ਹਾਂ ਦੀ ਵੀ ਲੋੜ ਹੋਵੇਗੀ, ਦਵਾਈਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਸੋ ਸਾਰੀਆਂ ਸੰਗਤਾਂ ਨੂੰ, ਜਿਸ ਤਰ੍ਹਾਂ ਇੱਥੇ ਮੋਰਚੇ ਦੇ ਵਿੱਚ ਡਟੀਆਂ ਹੋਈਆਂ ਸੰਗਤਾਂ ਨੂੰ, ਸੇਵਾ ਵਿੱਚ ਡਟੀਆਂ ਹੋਈਆਂ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਸੇਵਾ ਦੀ ਜ਼ਰੂਰਤ ਹੋਵੇਗੀ, ਇਹ ਸਾਡਾ ਜੋ ਕੈਂਪ ਹੈ ਇਹ KFC ਸੈਂਟਰ ਦੇ ਬਿਲਕੁਲ ਸਾਹਮਣੇ ਆ। ਸੰਗਤਾਂ ਦੀ ਗਿਆਤ ਵਿੱਚ ਦੱਸਦੇ ਹਾਂ ਕਿ ਕਿਸੇ ਨੂੰ ਵੀ ਕਿਸੇ ਵੇਲੇ ਕਿਸੇ ਕਿਸਮ ਦੀ ਜ਼ਰੂਰਤ ਹੋਵੇ ਉਹ ਸਾਡੇ ਡਾਕਟਰਾਂ ਕੋਲੋਂ ਮੈਡੀਕਲ ਸਹੂਲਤ ਲੈ ਸਕਦੇ ਆ। ਸਤਿਸੰਗ ਜੀ, ਇੱਕ ਹੋਰ ਵਿਸ਼ੇਸ਼ ਤੌਰ 'ਤੇ ਬੇਨਤੀ ਹੈ ਕਿ ਜਿਵੇਂ ਆ ਜਾਓ ਲਖਵਿੰਦਰ ਸਿੰਘ, ਜਿਵੇਂ ਹੋਰ ਡਾਕਟਰਾਂ ਦੇ ਨਾਲ ਸਾਡੇ ਨਾਲ ਤੁਹਾਡਾ ਕੀ ਨਾਮ ਜੀ? ਡਾਕਟਰ ਗੁਰਤੇਜ ਸਿੰਘ ਵੀ ਇਸ ਸੇਵਾ ਦੇ ਵਿੱਚ ਹਾਜ਼ਰ ਹੈ। ਮੈਂ ਸੰਸਾਰ ਭਰ ਦੀਆਂ, ਦੁਨੀਆ ਭਰ ਦੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿੱਥੇ ਪੰਜਾਬ ਦੀਆਂ ਸੰਗਤਾਂ ਨੇ ਵੀ ਹੀਰਾਂ ਕੱਤ ਕੇ ਸਾਰੀ ਦਿੱਲੀ ਦੇ ਚਾਰ ਚੁਫੇਰੇ ਨੂੰ ਘੇਰਾ ਪਾਇਆ ਹੋਇਆ, ਉੱਥੇ ਹਰਿਆਣੇ ਦਾ ਮੁੱਖ ਮੰਤਰੀ ਖੱਟੜ ਕਹਿ ਰਿਹਾ ਸੀ ਕਿ ਇਹ ਕੇਵਲ ਪੰਜਾਬ ਦੇ ਕਿਸਾਨ ਨੇ ਜਿਹੜੇ ਕਿ ਇੱਥੇ ਚਾਰ ਚੁਫੇਰੇ ਦਿੱਲੀ ਨੂੰ ਘੇਰਾ ਪਾਉਣ ਜਾ ਰਹੇ ਨੇ। ਉਹ ਇਹ ਵੀ ਕਹਿ ਰਹੇ ਸੀ ਕਿ ਇਹ ਵਰਗਲਾਏ ਹੋਏ ਕੁਝ ਕੁ ਕਿਸਾਨ ਨੇ ਅਤੇ ਹੁਣ ਮੀਲਾਂ ਦੀ ਦੂਰੀ ਤੱਕ ਇਹ ਜਥੇਬੰਦੀਆਂ ਦੇ ਮੋਰਚੇ ਗੱਡੇ ਹੋਏ ਆ। ਖਾਸ ਕਰਕੇ ਹਰਿਆਣੇ ਦੇ ਕਿਸਾਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ, ਲਗਾਤਾਰ ਕਰ ਰਹੇ ਆ, ਦੁੱਧ ਦੀ ਸੇਵਾ, ਫਲਾਂ ਦੀ ਸੇਵਾ, ਸਬਜ਼ੀਆਂ ਦੀ ਸੇਵਾ, ਪਾਣੀ ਦੀ ਸੇਵਾ, ਦਿਨ ਰਾਤ ਸੇਵਾ 'ਚ ਡਟੇ ਹੋਏ ਨੇ। ਵਿਸ਼ੇਸ਼ ਤੌਰ 'ਤੇ ਅਸੀਂ ਜੋ ਹਰਿਆਣਾ ਨਿਵਾਸੀ ਕਿਸਾਨ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੀਆਂ ਸੰਗਤਾਂ ਦੀ ਸੇਵਾ ਵੀ ਕੀਤੀ ਅਤੇ ਇਸ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਡਾਹ ਕੇ ਪੂਰਾ ਨਾਲ ਸਾਥ ਵੀ ਦਿੱਤਾ। ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਨਾਲ ਹੀ ਵਿਦੇਸ਼ ਦੀਆਂ ਸੰਗਤਾਂ ਨੇ ਵੀ ਜੋ ਪੂਰੀ ਨਜ਼ਰ ਰੱਖੀ ਹੋਈ ਹੈ ਕਿ ਸਾਡੇ ਕਿਸਾਨ ਭਰਾ ਕਿਸ ਤਰ੍ਹਾਂ ਦਿਨ ਰਾਤ ਇਸ ਮੋਰਚੇ ਦੇ ਵਿੱਚ ਡਟੇ ਹੋਏ ਨੇ, ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਦੇ ਬਾਵਜੂਦ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹਲੇ ਵੀ ਕਹਿ ਰਿਹਾ ਹੈ ਕਿ ਇਹ ਜਿਹੜਾ ਮੋਰਚਾ ਹੈ ਇਹ ਕੁਝ ਵਰਗਲਾਏ ਹੋਏ, ਭੁੱਲੇ ਹੋਏ, ਬੇਸਮਝ ਲੋਕਾਂ ਦਾ, ਭਰਮ ਭੁਲੇਖੇ 'ਚ ਪਏ ਲੋਕਾਂ ਦਾ ਮੋਰਚਾ ਹੈ। ਪਰ ਹੁਣ ਉਹਨੂੰ ਹੌਲੀ ਹੌਲੀ ਸਮਝ ਆਉਣੀ ਸ਼ੁਰੂ ਹੋ ਜਾਣੀ ਹੈ ਜਦੋਂ ਜਿਵੇਂ ਜਿਵੇਂ ਦਿੱਲੀ ਸੀਲ ਹੋਵੇਗੀ। ਇਹ ਵੱਡੇ ਮੋਰਚੇ ਦੀ ਜ਼ਰੂਰਤ ਸੀ ਜੋ ਕਿ ਕਿਸਾਨ ਜਥੇਬੰਦੀਆਂ ਨੇ ਮਿਲ ਕੇ ਲਾਇਆ, ਜੋ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਉਹਨਾਂ ਦਾ ਵਿਦਾਸ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਪੂਰੀ ਏਕਤਾ ਦੇ ਨਾਲ, ਦ੍ਰਿੜਤਾ ਦੇ ਨਾਲ, ਡਿਸਿਪਲਿਨ ਦੇ ਨਾਲ ਇਸ ਮੋਰਚੇ ਨੂੰ ਚਲਾਇਆ ਔਰ ਚਲਾ ਰਹੇ ਨੇ। ਇਹਦੇ ਨਾਲ ਹੀ ਪੰਜਾਬ ਦੇ, ਹਰਿਆਣੇ ਦੇ ਜਿੰਨੇ ਖਿਡਾਰੀ ਵੀਰ ਹੈ ਉਹਨਾਂ ਦਾ ਵੀ ਧੰਨਵਾਦ ਕਿ ਉਹਨਾਂ ਨੇ ਕਿਹਾ ਕਿ ਅਸੀਂ 2 ਦਿਨਾਂ ਦੇ ਵਿੱਚ ਫੈਸਲਾ ਨਾ ਕੀਤਾ ਅਤੇ ਅਸੀਂ ਜਿੱਤੇ ਹੋਏ ਮੈਡਲ ਸਰਕਾਰ ਨੂੰ ਵਾਪਸ ਕਰ ਦਿਆਂਗੇ। ਇਸੇ ਤਰ੍ਹਾਂ ਜਿੰਨੇ ਗਾਇਕ ਹਨ ਉਹਨਾਂ ਨੇ ਵੀ ਆਪਣੀ ਪੱਧਰ 'ਤੇ ਹੀ ਬੜੀ ਵੱਡੀ ਸੇਵਾ ਨਿਭਾਈ ਹੈ। ਗਾਇਕੀ ਦੇ ਖੇਤਰ ਵਿੱਚ ਜਿਨ੍ਹਾਂ ਨੇ ਵੱਡਾ ਨਾਮਣਾ ਖੱਟਿਆ ਉਹ ਇਸ ਸੰਘਰਸ਼ ਦੇ ਵਿੱਚ ਵੀ ਡਟੇ ਹੋਏ ਨੇ, ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਬਹੁਤ ਸਾਰੀਆਂ ਸਿੱਖ ਸੰਸਥਾਵਾਂ, ਟਰਾਂਸਪੋਰਟ ਕੰਪਨੀਆਂ ਦੇ ਮਾਲਕ ਉਹਨਾਂ ਦਾ ਵੀ ਧੰਨਵਾਦ ਹੈ ਕਿ ਜਿਨ੍ਹਾਂ ਨੇ ਆਪੋ ਆਪਣੀਆਂ ਗੱਡੀਆਂ ਔਫਰ ਕੀਤੀਆਂ, ਗੱਡੀਆਂ ਸੰਗਤਾਂ ਲਈ ਭੇਜੀਆਂ। ਇਸੇ ਤਰ੍ਹਾਂ ਸੰਗਤਾਂ ਨੇ ਆਪੋ ਆਪਣੇ ਤੌਰ 'ਤੇ ਲੰਗਰ ਲਾਏ, ਬੇਅੰਤ ਤਰ੍ਹਾਂ ਦੀ ਸੇਵਾ ਚੱਲ ਰਹੀ ਹੈ। ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹ ਵੀ ਇੱਥੇ ਸਾਨੂੰ ਆ ਕੇ ਪਤਾ ਲੱਗਾ ਕਿ ਹਰਿਆਣੇ ਦੇ ਕੁਝ ਪੈਟਰੋਲ ਪੰਪਾਂ 'ਤੇ
ਡੀਜ਼ਲ ਫ੍ਰੀ ਪਾਇਆ ਗਿਆ। ਖੱਟੜ ਤੇ ਇੱਕ ਪਾਸੇ ਕਹਿੰਦਾ ਸਾਡੀ ਸ਼ਮੂਲੀਅਤ ਹੀ ਨਹੀਂ, ਦੂਜੇ ਪਾਸੇ ਹਰਿਆਣਾ ਨਿਵਾਸੀਆਂ ਨੇ ਏਡੇ ਵੱਡੀ ਮਦਦ ਵੀ ਕੀਤੀ ਤੇ ਉਤਸ਼ਾਹ ਦਿਖਾਇਆ। ਬਹੁਤ ਸਾਰੇ ਗੈਸ ਸਿਲੰਡਰ ਇਹਨਾਂ ਨੇ ਫ੍ਰੀ ਕਰ ਦਿੱਤੇ ਵੀ ਜਿੰਨੇ ਮਰਜ਼ੀ ਗੈਸ ਸਿਲੰਡਰ ਲੱਗ ਜਾਣ, ਸਬਜ਼ੀਆਂ ਫਲਾਂ ਦਾ ਤਾਂ ਅੰਤੀ ਕੋਈ ਨਹੀਂ। ਸੋ ਇਸ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਇਹਦੇ ਨਾਲ ਸਰਕਾਰ ਦੀਆਂ, ਸੈਂਟਰ ਸਰਕਾਰ ਵੀ ਅਤੇ ਸਟੇਟ ਸਰਕਾਰ ਦੀਆਂ ਵੀ ਅੱਖਾਂ ਜ਼ਰੂਰ ਖੁੱਲ੍ਹ ਜਾਣਗੀਆਂ। ਸੰਗਤਾਂ ਦਾ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਾਰ ਮੁਰਦਾਬਾਦ, ਮੁਰਦਾਬਾਦ। ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਏਕਤਾ ਜਿੰਦਾਬਾਦ, ਸਰਕਾਰ ਮੁਰਦਾਬਾਦ। ਕਾਲੇ ਕਾਨੂੰਨ ਵਾਪਸ ਲਾਓ, ਕਾਲੇ ਕਾਨੂੰਨ ਵਾਪਸ ਲਾਓ।